ਬੁਰਾਈਆਂ ਦੇ ਖਿਲਾਫ ਬਾਪੂ ਜੀ ਪਾਰਸ ਸਾਹਿਬ ਨੇ ਬੜਾ ਲਿਖਿਆ ਤੇ ਪਾਪਾ ਜੀ ਸਰਦਾਰ ਸਿਧਵਾਂ ਸਾਹਿਬ ਨੇ ਬੜਾ ਗਾਇਆ ਹਰ ਸਮਾਜਿਕ ਬੁਰਾਈ ਦੇ ਖਿਲਾਫ। ਇੱਕ ਅਜੋੜ ਵਿਆਹ ਲਾੜਾ ਗੁੱਸਾ ਨਾ ਕਰ ਲਿਓ ਤੂੰ ਸਾਡੇ ਚ ਬੈਠਾ ਹੋਵੇ ਸੱਠਾਂ ਪੈਂਤਾਂ ਦਾ ਘਰ ਵਾਲੀ 24 ਬੱਚੀਆਂ ਦੀ ਇਹਦੇ ਖਿਲਾਫ ਪੂਰਨ ਭਗਤ ਦੀ ਸਾਰੀ ਗਾਥਾ ਲਿਖੀ ਸ਼ੁਰੂ ਤੋਂ ਲੈ ਕੇ ਅਖੀਰ ਤੱਕ 3.5-4 ਘੰਟੇ ਦਾ ਪ੍ਰਸੰਗ ਪੂਰਨ ਭੋਰੇ ਵਿੱਚੋਂ ਨਿਕਲਿਆ। ਉਹਨੂੰ ਸਿਖਾਇਆ ਗਿਆ ਸੀ ਕਿ ਬਾਪ ਦੀ ਘਰ ਵਾਲੀ ਮਾਂ ਹੁੰਦੀ ਹੈ ਪਰ ਸ਼ਲਵਾਨ ਦਾ ਕਜੋੜ ਵਿਆਹ ਹੋਇਆ ਹੋਇਆ ਸੀ ਉਹ ਵੀ ਦੂਜਾ ਖਨੀ ਤੀਜਾ ਪਤਾ ਨਹੀਂ ਕਿੰਨਾ ਹੁਣ ਰਾਜਾ ਸੀ ਰਾਣੀਆਂ ਕਹੀ ਸੀ ਮਾਂ ਇੱਛਰਾਂ ਕਹਿੰਦੀ ਪੁੱਤ ਤੂੰ ਹੁਣ ਭੋਰੇ ਚੋਂ ਬਾਹਰ ਆ ਗਿਆ ਮੇਰੀ ਬੁੱਕਲ ਚ ਬੈਠ ਉਹ ਕਹਿੰਦਾ ਵੀ ਇੱਕ ਮਾਂ ਉਹ ਵੀ ਹੈ ਮੈਂ ਉਹਨੂੰ ਮੱਥਾ ਟੇਕ ਆਵਾਂ ਆਪਣੀ ਮਾਂ ਨੂੰ ਪੂਰਨ ਭਗਤ ਮੱਥਾ ਟੇਕਣ ਤੁਰਦਾ ਮਾਂ ਰੋਕਦੀ ਸਕੀ ਇੱਛਰਾਂ ਪਰ ਅੱਗੇ ਜਾ ਕੇ ਉਹ ਕਹਿੰਦਾ ਮਾਂ ਜਿਹੋ ਜੀ ਤੂੰ ਮਾਂ ਉਹ ਜੀ ਮੇਰੀ ਮਾਂ ਲੂਣਾ ਵੀ ਹੈ ਮੈਂ ਉਹਨੂੰ ਵੀ ਮੱਥਾ ਟੇਕ ਆਵਾਂ ਪਰ ਲੂਣਾ ਉਹ ਸੰਤਾਪ ਦੀ ਮਾਰੀ ਹੋਈ ਇੱਕ 19-20 ਸਾਲਾਂ ਦੀ ਲੜਕੀ ਤੇ 70 ਸਾਲ ਦੇ ਬਜ਼ੁਰਗ ਬਾਬੇ ਨਾਲ ਵਿਆਹ ਹੋਇਆ ਵਿਆ ਜਦੋਂ ਪੂਰਨ ਨੇ ਮਾਂ ਕਹਿ ਕੇ ਮੱਥਾ ਟੇਕਿਆ ਤੇ ਆਪਦਾ ਹਾਣੀ ਮੁੰਡਾ ਵੇਖ ਕੇ ਉਹਦੇ ਸੁੱਤੇ ਜਜ਼ਬਾਤ ਜਾਗ ਉੱਠੇ ਮਾਂ ਪੁੱਤ ਵਾਲੇ ਰਿਸ਼ਤੇ ਨੂੰ ਕੋਈ ਪਤਾ ਨਹੀਂ ਸੀ ਇੱਕ ਹਾਣੀ ਮੁੰਡੇ ਦੇ ਰਿਸ਼ਤੇ ਦਾ ਪਤਾ ਉਹਨੂੰ ਉਹਦੇ ਨੈਣਾਂ ਨੇ ਉਹਦੇ ਹਾਵ ਭਾਵ ਨੇ ਉਹਦੀ ਜਿਹੜੀ ਕਸ਼ਿਸ਼ ਸੀ ਪੂਰਨ ਦੀ ਖੂਬਸੂਰਤੀ ਨੇ ਦੇ ਦਿੱਤੇ ਉਹ ਮੱਥਾ ਟੇਕਦਾ ਤੇ ਅੱਗੇ ਲੂਣਾ ਜਵਾਬ ਦਿੰਦੀ ਹੈ ਬੜੀ ਪਿਆਰੀ ਕਵਿਤਾ ਇਹਦੀ ਪਾਪਾ ਜੀ 4 ਲਾਈਨਾਂ ਹੀ ਲਾਇਓ ਤੇਰੀ ਮੇਰੀ ਪੂਰਨਾ ਕੀ ਰਿਸ਼ਤੇਦਾਰੀ ਕਹਿੰਦੀ ਕੋਈ ਸਕੀਰੀ ਨਹੀਂ ਤੇਰੀ ਮੇਰੀ ਨਾ ਮੈਂ ਤੈਨੂੰ ਕੁੱਖੋਂ ਜੰਮਿਆ ਨਾ ਮੈਂ ਤੈਨੂੰ ਗੋਦ ਖਿਡਾਇਆ ਨਾ ਮੈਂ ਤੈਨੂੰ ਦੁੱਧ ਪਿਲਾਇਆ ਨਾ ਮੈਂ ਕਿਸੇ ਕਿਸਮ ਦਾ ਤੇਰੇ ਨਾਨਕੇ ਦਾਦਕੇ ਰਿਸ਼ਤੇਦਾਰੀ ਤੋਂ ਮਾਸੀ ਤਾਈ ਚਾਚੀ ਫੁੱਫੀ ਕੁਛ ਨਹੀਂ ਲੱਗਦੀ ਜੇ ਤੇਰੀ ਮੇਰੀ ਸਕੀਰੀ ਹੈ ਤਾਂ ਇੱਕੋ ਹੀ ਹੈ ਉਹ ਅੱਜ ਇੱਕ ਨੌਜਵਾਨ ਮੁੰਡੇ ਦੀ ਇੱਕ ਨੌਜਵਾਨ ਕੁੜੀ ਨਾਲ ਸਕੀਰੀ ਹੁੰਦੀ ਤੇ ਉਹ ਫਿਰ ਕਹਿੰਦੀ ਆ ਗੱਲ ਤਾਂ ਬਹੁਤ ਲੰਬੀ ਚੌੜੀ ਖੈਰ ਕਹਾਂ ਇਹ 4 ਲਾਈਨਾਂ ਵੇਖੋ ਲੂਣਾ ਕੀ ਕਹਿੰਦੀ ਵੇ ਫੁੱਲ ਕਿਸ ਤਰ੍ਹਾਂ ਬਣ ਗਿਆ ਤੀਰਾਂ ਦਾ ਪੱਥਾ ਕਿਹੜੇ ਤੋਂ ਹਾਣੀਆਂ ਤੈਂ ਟੇਕਿਆ ਮੱਥਾ ਨਾਨਕ ਦਾਦਕ ਤੋਂ ਰਲੇ ਨਾ ਸ਼ਾਖ ਤੁਮਾਰੀ ਤੇਰੀ ਮੇਰੀ ਪੂਰਨਾ ਕੀ ਰਿਸ਼ਤੇਦਾਰੀ ਦਿੱਤਾ ਮਾਮਾ ਆਖ ਕੇ ਦਿੱਤਾ ਮਾਮਾ ਆਖ ਕੇ ਦਿਲ ਤੋੜਨ ਨਿਕੰਮਿਆ ਨਾ ਮੈਂ ਗੋਦੀ ਚੁੱਕਿਆ ਨਾ ਮੈਂ ਗੋਦੀ ਚੁੱਕਿਆ ਨਾ ਕੁੱਖੋਂ ਜੰਮਿਆ ਸੂਰਤ ਤੇਰੀ ਲੱਗਦੀ ਹਾਂ ਨਾਨਕ ਦਾਦਕ ਤੋਰਲੇ ਨਾ ਸ਼ਾਖ ਤੁਮਾਰੀ ਤੇਰੀ ਮੇਰੀ ਪੂਰਨਾ ਕੀ ਰਿਸ਼ਤੇਦਾਰੀ ਤੇਰੇ ਵਰਦੇ ਲਾ ਕਹਾਂ ਤੇਰੇ ਵਰਦੇ ਲਾ ਕਹਾਂ ਮੈਂ ਲੂਣਾ ਰਾਣੀ ਸੱਤਰਾ ਬਹਾਦਰਾ ਬਾਦਸ਼ਾਹ ਸੱਤਰਾ ਬਹਾਦਰਾ ਬਾਦਸ਼ਾਹ ਦਾਦੇ ਰਹਾਣੀ ਕੋਇਲ ਵਿਆਹੀ ਕਾਗ ਨੂੰ ਕੋਇਲ ਵਿਆਹੀ ਕਾਗ ਨੂੰ ਕੀ ਕਰਾਂ ਵਿਚਾਰੀ ਤੇਰੀ ਮੇਰੀ ਪੂਰਨਾ ਕੀ ਰਿਸ਼ਤੇਦਾਰੀ ਮੈਂ ਤੇਰੇ ਬੁੱਢੜੇ ਬਾਪ ਨੂੰ ਹਾਂ ਤੇਰੇ ਬੁੱਢੜੇ ਬਾਪ ਨੂੰ ਮੁਰਬਾ ਨੂੰ ਹੱਥੀ ਚਰਚੇ 2 ਦਿਨ ਹੋਣਗੇ ਖੂਈ ਦੇ ਸੱਥੀ ਉਹ ਹੁੰਦੀ ਦਿਨ 2-4 ਦੀ ਇਹ ਲੋਕਾਂ ਚਾਰੀ ਤੇਰੇ ਮੇਰੀ ਪੂਰਨਾ ਕੀ ਰਿਸ਼ਤੇਦਾਰੀ ਜੌਹਰੀ ਦੇ ਹੱਥ ਆ ਗਿਆ ਹਾਂ ਜੌਹਰੀ ਦੇ ਹੱਥ ਆ ਗਿਆ ਅੱਜ ਲਾਲ ਬਰਪੀ ਲੱਭ ਪਿਆ ਕਰਨੈਲ ਨੂੰ ਲੱਭ ਪਿਆ ਕਰਨੈਲ ਨੂੰ ਰਣਜੀਤ ਸਬੱਬੀ ਮੈਂ ਰਾਧਾ ਨੂੰ ਮਿਲ ਪਿਆ ਵੇ ਮੈਂ ਰਾਧਾ ਨੂੰ ਮਿਲ ਪਿਆ ਤੂੰ ਕ੍ਰਿਸ਼ਨ ਮੁਰਾਰੀ ਤੇਰੀ ਮੇਰੀ ਪੂਰਨਾ ਰੰਗ ਬਹੁਤ ਹੈ ਪਰ ਕਾਫੀ ਲੰਬਾ ਸਮਾਂ ਚਾਹੀਦਾ ਹੈ। 2 ਲਾਈਨਾਂ ਮਿਰਜ਼ੇ ਦੀਆਂ ਸਾਹਿਬਾਂ ਮਿਰਜ਼ੇ ਨੂੰ ਜੰਡ ਥੱਲੇ ਪੈ ਨੂੰ ਹਲੂਣਦੀ ਹੈ ਔਰਤ ਹਮੇਸ਼ਾ ਹੀ ਮਰਦ ਨੂੰ ਚੰਗੀ ਸਿੱਖਿਆ ਦਿੰਦੀ ਹੈ ਮੇਰਾ ਵਿਸ਼ਵਾਸ ਹੈ ਔਰ ਅਸੀਂ ਵੀ ਮਹਿਸੂਸ ਕਰਦੇ ਹਾਂ ਕਿ ਇਹਨਾਂ ਦੋਨਾਂ ਦੀ ਜ਼ਿੰਦਗੀ ਵੀ ਤਾਂ ਹੀ ਚੰਗੀ ਵਧੀਆ ਨਿਭੀ ਕਿ ਸਾਡੀਆਂ ਦੋਨਾਂ ਬੇਬੇ ਚੰਗੀਆਂ ਸੀਗੀਆਂ ਬੇਬੇ ਦਲਜੀਤ ਕੌਰ ਔਰ ਪਰਿਵਾਰਾਂ ਵਿੱਚ ਮੇਲਾ ਲੱਗਿਆ ਰਹਿੰਦਾ ਹੁੰਦਾ ਸੀ ਰਾਮੂਵਾਲੇ 100-100 ਬੰਦਾ ਸ਼ਾਮ ਨੂੰ ਪ੍ਰਸ਼ਾਦਾ ਪਾਣੀ ਛਕਣ ਵਾਲਾ ਪਰ ਬੇਬੇ ਹੁਣਾਂ ਨੇ ਕਦੇ ਮੱਥੇ ਵੱਟ ਨਹੀਂ ਸੀ ਪਾਇਆ ਇਵੇਂ ਸਿੱਧਵਾਂ ਜੁਨੀ
ਸੱਜਣਾ ਮਿੱਤਰਾਂ ਦੋਸਤਾਂ ਪਰਿਵਾਰਾਂ ਨੇ ਆਉਣਾ, ਅੱਧੀ ਅੱਧੀ ਰਾਤ ਤੱਕ ਬੀਜੀ ਹੋਰਾਂ ਨੇ ਪ੍ਰਸ਼ਾਦੇ ਪਾਣੀ ਬਣਾਉਣੇ। ਸੋ ਇਹ ਬਹੁਤ ਵੱਡੀ ਦੇਣ ਆ। ਸਾਹਿਬਾ ਮਿਰਜ਼ੇ ਨੂੰ ਕਹਿੰਦੀ ਵੀ ਜੰਡ ਥੱਲੇ ਕੀ ਆਂਡੇ ਦਿੱਤੇ ਪਾਰਸ ਜੀ ਕਹਿੰਦੇ ਹੁੰਦੇ, ਇਹ ਕਹਿੰਦੇ ਖਾੜਾ ਲਾਉਣ ਦੇ ਖੁੱਲ੍ਹਾ ਖਾੜਾ, ਗੁੱਸਾ ਨਾ ਕਰੇ ਕੋਈ, ਇਹਨਾਂ ਦਾ ਮੇਲੇ ਚ ਪਾਰ ਤੇ ਖਾੜਾ ਲੱਗਿਆ ਹੋਇਆ। ਕਹਿੰਦਾ ਵੀ ਮੈਂ ਮਿਰਜ਼ੇ ਨੂੰ, ਇਹਨਾਂ ਨੇ ਬਾਹਲਾ ਮੋਟਾ ਸ਼ਬਦ ਵਰਤਿਆ ਸੀ, ਮੈਂ ਉਹ ਨਹੀਂ ਵਰਤਦਾ, ਉੱਥੇ ਵਰਤਿਆ ਜਾ ਸਕਦਾ ਸੀ। ਕਹਿੰਦਾ ਵੀ ਮੈਂ ਮਿਰਜ਼ੇ ਨੂੰ ਮੂਰਖ ਸਮਝਦਾ। ਪਹਿਲੀ ਗੱਲ ਤਾਂ ਖੈਰ ਉੱਥੇ ਉਹਨਾਂ ਦੇ ਧਰਮ 'ਚ ਇਜਾਜ਼ਤ ਹੈ, ਉਹ ਕਹਿੰਦੇ ਵੀ ਮਾਮੇ ਭੂਆ ਦੀ ਧੀ ਦੇ ਪੁੱਤਰ ਸੀ, ਆੜੀ ਪੈ ਗਈ, ਚਾਹੀਦਾ ਸੀ ਗੁਰੇਜ਼ ਕਰਦਾ, ਪਰ ਚੱਲ ਪੈ ਗਈ ਸਹੀ। ਫਿਰ ਕਹਿੰਦੇ ਉਸ ਤੋਂ ਬਾਅਦ ਚੁੱਪ ਚੁੱਪੀ ਤੇ ਰੜੀ ਜਾਂਦਾ ਕੰਮ, ਫਿਰ ਕੱਢ ਕੇ ਲੈ ਗਿਆ ਕੱਢਦਾ ਸਾਹਿਬਾਂ। ਫਿਰ ਉਹ ਕਹਿੰਦੇ ਹੁੰਦੇ ਸੀ ਆਪ ਮੋਟੀ ਜਿਹੀ ਗੱਲ ਕਰਦੇ ਸੀ, ਪੰਜਾਬੀ ਦੇਸੀ ਖੁੱਲ੍ਹਾ ਮੇਲਾ ਹੁੰਦਾ ਸੀ। ਫਿਰ ਕਹਿੰਦੇ ਹੁੰਦੇ ਜੇ ਕੱਢ ਲਈ ਕੰਜਰ ਦਿਆ ਪੁੱਠਾ, ਫਿਰ ਜੰਡ ਥੱਲੇ ਕਿਹੜਾ ਆਂਡੇ ਦਿੱਤੇ, ਲੰਘ ਜਾ ਹਰੀ ਕੇ ਪੱਤਣ, ਫਿਰ ਜੰਡ ਥੱਲੇ ਸੌ ਗਿਆ। ਮੈਂ ਉਹ ਤੋਂ ਗਾਹ ਵਧਾ ਦਿੰਦਾ ਹੁੰਦਾ ਸੀ ਗੱਲ, ਮੈਂ ਕਹਿਣਾ ਫਿਰ ਜੰਡ ਥੱਲੇ ਕਿਹੜਾ ਆਂਡੇ ਦਿੱਤੇ ਸੀ, ਕੈਨੇਡਾ ਅਮਰੀਕਾ ਦਾ ਵੀਜ਼ਾ ਵੂਜ਼ਾ ਲੈ ਕੇ ਚਲਿਆ ਜਾਂਦਾ, ਆ ਜਾਂਦੇ ਇੱਥੇ ਕਈ। ਖੈਰ ਭੱਜਦਾਨਾ ਬਾਅਦ ਚੱਲੀਏ, ਮਿਰਜ਼ਿਆ ਚੜੀਆਂ ਆਉਂਦੀਆਂ ਬਾਹਰੋਂ, ਮਿੰਨਤਾਂ ਕਰਦੀ ਆ ਵੀ ਕੁੱਤੇ ਭੌਂਕਦੇ ਆ, ਘੋੜੀਆਂ ਹਿਣਕਦੀਆਂ, ਲਾਲਾ ਲਾਲਾ ਵੱਢ ਲਓ ਮਾਰ ਦਿਓ ਹੁੰਦੀ ਆ, ਚੱਲ ਚੱਲੀਏ। ਬੜੀ ਸੋਹਣੀ ਪੰਕਤੀ ਉਹਦੇ 'ਚ, ਉਹ ਕਹਿੰਦੀ ਮੈਂ ਕੀ ਕਰਾਂ, ਨਾ ਮੈਂ ਪੇਕੀ ਆ ਨਾ ਮੈਂ ਸਹੁਰੀ ਆ, ਮੇਰੀ ਮਾਂ ਨੇ ਅਜੇ ਤੱਕ ਪਾਣੀ ਵਾਰ ਕੇ ਮੇਰੀ ਸੱਸ ਨੇ ਪੀਤਾ ਨਹੀਂ, ਤੇ ਮੇਰੀ ਨਣਦ ਨੇ ਅਜੇ ਤੱਕ ਮੇਰੀਆਂ ਬਲਾਵਾਂ ਨਹੀਂ ਲਈਆਂ, ਮਿਰਜ਼ਿਆ ਕਿਉਂ ਇੱਥੇ ਜੰਡ ਥੱਲੇ ਪਾਈ ਪਿਆ, ਲੈ ਚੱਲ ਮੈਨੂੰ ਇੱਕ ਵਾਰੀ ਭੱਜ ਦਾਨਾ ਬਾਅਦ ਚੱਲੀਏ। ਮੇਰਾ ਅੰਦਰ ਡੋਲ ਵੀ ਹੈ, ਪਲ ਪਲ ਵੱਧਦੀ ਜਾਂਦੀ ਧੜਕਣ, ਸੱਤ ਚੰਗ ਸਿਆਲਾਂ ਦੀ ਚਾਂਗਾ ਵੱਜਣ ਦੋਸੇ ਖੜਕਣਾ, ਕੰਨ ਤੇਜੂ ਸਰਕੇ ਨਾ ਕੋਲੇ ਖੜੀ ਆਵਾਜ਼ਾਂ ਮਾਰਾ, ਭੱਜ ਦਾਨਾ ਬਾਅਦ ਚੱਲੀਏ, ਮਿਰਜ਼ਿਆ ਚੜੀਆਂ ਆਉਂਦੀਆਂ ਵਾਰਾਂ, ਜਾਪੇ ਧਰਤੀ ਰਸ ਗੁਲਾਲ ਗੁਲਾਲੀ, ਉੱਠ ਹੋਸ਼ ਸੰਭਾਲ ਜ਼ਰਾ, ਆਖੇ ਦਿਨ ਚੜਦੇ ਦੀ ਲਾਲੀ, ਕਾਜੜੀਆਂ ਚੂਕ ਰਹੇ ਚੂਕਣ ਘੁੱਗੀਆਂ ਅਤੇ ਗੁਟਾਰਾ, ਭੱਜ ਡਾਨਾ ਬਾਅਦ ਚੱਲੀਏ, ਮਿਰਜ਼ਿਆ ਚੜੀਆਂ ਆਉਂਦੀਆਂ ਵਾਰਾਂ, ਪਈ ਮਾਰ ਮਾਰ ਹੋਵੇ ਕੁੱਤੇ ਭੌਂਕਣ ਘੋੜੀਆਂ ਹਿਣਕਣਾ, ਪਾਣੀ ਸਿਰ ਚੜਿਆ ਵੇ ਖਤਰਾ ਵੱਧਦਾ ਜਾਂਦਾ ਖਿਣ, ਖਤਰੇ ਵਿੱਚ ਦੇਸ਼ ਪਿਆ ਸੁੱਤੀਆਂ ਜਾਗਣ ਨਾ ਸਰਕਾਰਾਂ, ਭੱਜ ਦਾਨਾ ਬਾਅਦ ਚੱਲੀਏ, ਮਿਰਜ਼ਿਆ ਚੜੀਆਂ ਆਉਂਦੀਆਂ ਵਾਰਾਂ, ਚੜ ਜਾਂਦੀ ਟੀਸੀ ਤੇ ਲਸ਼ਕਰ ਹਨ ਸ਼ੈਲਾਂ ਦੇ ਵੇਖੇ, ਉੱਡ ਰਹੀਆਂ ਟੂੜਾਂ ਚੋਂ ਮਲਕ ਮੌਤ ਦੇ ਪੈਣ ਭੁਲੇਖੇ, ਹੱਲਾ ਮੱਚਿਆ ਵਾਹ ਤੈਨੂੰ ਵਾਰ ਵਾਰ ਲਲਕਾਰਾਂ, ਭੱਜ ਦਾਨਾ ਬਾਅਦ ਚੱਲੀਏ, ਮਿਰਜ਼ਿਆ ਚੜੀਆਂ ਆਉਂਦੀਆਂ ਵਾਰਾਂ, ਚੱਜ ਕਰਨ ਜੀਤ ਸਿਆ ਚੱਜ ਕਰਨ ਜੀਤ ਸਿਆ ਲਾਗੀ ਕਰਨਾਲ ਕਵੀ ਦੇ ਆਖੇ, ਲਾਗੀ ਕਰਨਾਲ ਕਵੀ ਦੇ ਆਖੇ, ਤੈ ਜਿੰਨਾ ਦੀ ਫਸਲ ਪੱਟੀ ਆ ਗਏ ਮਗਰ ਖੇਤ ਦੇ ਰੱਖੇ, ਖੈਰ ਕਰਨਗੇ ਉਹ ਸੁਣਨਾ ਕਿਵੇਂ ਖੈਰ ਕਰਨਗੇ ਉਹ, ਪੱਟੀਆਂ ਜਿੰਨਾ ਦੀਆਂ ਮੁਟਿਆਰਾਂ, ਭੈੜਿਆ ਜਿੰਨਾ ਦੀਆਂ ਮੁਟਿਆਰਾਂ, ਭੱਜ ਦਾਨਾ ਬਾਅਦ ਚੱਲੀਏ, ਮਿਰਜ਼ਿਆ ਚੜੀਆਂ ਆਉਂਦੀਆਂ ਵਾਰਾਂ। ਉਹੀ ਗੱਲ ਜਿਹੜੀ ਯੁੱਗ ਅਮਰ ਕਵਿਤਾ ਸਾਡੇ ਲਈ ਜੋ ਅਟਲ ਸੱਚਾਈ ਪਾਰਸ ਸਾਹਿਬ ਨੇ ਲਿਖੀ, ਔਰ 20ਵੀਂ ਸਦੀ 'ਚ ਫਿਰ ਇੰਨੇ ਹੀ ਦੋਹਾਂ ਬਜ਼ੁਰਗਾਂ ਤੋਂ ਵਿਰਸ ਆਏ, ਅੱਜ ਤੁਹਾਡੇ ਸਾਡੇ ਮੰਨੇ ਪ੍ਰਮੰਨੇ ਗਾਇਕ ਹਰਭਜਨ ਮਾਨ ਨੇ ਫਿਰ ਰਿਕਾਰਡ ਕਰਵਾਈ, ਔਰ ਫਿਰ ਉਹ ਇੱਕ ਵਾਰ ਫਿਰ ਦੁਬਾਰਾ ਸੁਪਰਹਿੱਟ ਰਹੀ। ਇਹਨਾਂ ਦੇ ਸਮੇਂ ਵੀ ਉਸ ਸਮੇਂ ਲੱਖ ਦੇ ਰਿਕਾਰਡ ਹੁੰਦੇ ਸੀਗੇ, ਤੁਸੀਂ ਅਸੀਂ ਸਾਰਿਆਂ ਨੇ ਵੇਖਿਆ, ਆਪਾਂ ਸੂਈਆਂ ਇਕੱਠੇ ਕਰਦੇ ਰਹੇ ਹਾਂ ਸਪੀਕਰ ਵਾਲਿਆਂ ਕੋਲ ਬਹਿ ਕੇ, ਰਮਤਾ ਸਾਹਿਬ ਦੀਆਂ ਜਿਹੜੀਆਂ ਅਫਰੀਕਾ ਦੀਆਂ ਯਾਦਾਂ, ਔਰ ਅੱਜ ਫਿਰ ਉਹ ਇਲੈਕਟ੍ਰੋਨਿਕ ਯੁੱਗ 'ਚ ਵੀ ਉਨਾ ਹੀ ਜ਼ਿਆਦਾ ਵਿਕਿਆ। ਸੋ ਬੜੀ ਪਿਆਰੀ ਕਵਿਤਾ, ਔਰ ਅਖੀਰ 'ਚ ਇਹੀ ਚਾਰ ਲਾਈਨਾਂ ਪਾਰਸ ਸਾਹਿਬ ਦੀ ਲਿਖੀ ਕਵਿਤਾ, ਜਿਸ ਨੂੰ ਇੱਕ ਹਸਤਾਖਰ ਬਣ ਗਈ ਆਪਣੇ ਆਪ ਵਿੱਚ, ਹੈ ਆਉਣ ਜਾਣ ਬਣਿਆ ਦੁਨੀਆ ਚੌਂਕ ਦਿਨਾਂ ਦਾ ਮੇਲਾ। ਇਹ ਮੇਲੇ ਪਤਾ ਨਹੀਂ ਰੋਜ਼ ਰੋਜ਼ ਨਹੀਂ ਲੱਗਣੇ, ਪਾਰਸ ਸਾਹਿਬ ਕਹਿੰਦੇ ਹੁੰਦੇ ਪ੍ਰਪੰਚ ਨਹੀਂ ਇਕੱਠਾ ਹੁੰਦਾ,
ਆਪਾਂ ਮੁੜ ਕੇ ਨਹੀਂ ਇਕੱਠੇ ਹੋਣਾ, ਜੇ ਹੋਵਾਂਗੇ ਤਾਂ ਇਹੋ ਜਿਹਾ ਸਮਾਂ ਨਹੀਂ ਹੋਣਾ, ਆਹ ਹਾਲ ਨਹੀਂ ਹੋਣਾ, ਆਹ ਟਾਈਮ ਨਹੀਂ ਹੋਣਾ, ਇਹ ਕਦੇ ਵੀ ਨਹੀਂ ਮਿਲਣੇ। ਹੈਆਉਣ ਜਾਣ ਬਣਿਆ ਦੁਨੀਆਂ 64 ਦਿਨਾਂ ਦਾ ਮੇਲਾ, ਪਤਾ ਨਹੀਂ ਕਿੰਨੀ ਕੁ ਦੁਨੀਆਂ ਆਉਂਦੀ ਕਿੰਨੀ ਚਲੀ ਜਾਂਦੀ ਹੈ, ਯਾਦਾਂ ਰਹਿ ਜਾਂਦੀਆਂ। ਬੜੀ ਪਿਆਰੀ ਕਵਿਤਾ ਹੈ ਤੁਹਾਡੀ ਨਜ਼ਰ। ਉੱਠ ਜਾਗੀ ਮੁਸਾਫਰ ਤੂੰ ਹੋਈ ਭੋਰ ਨਗਾਰੇ ਵੱਜੇ, ਅੱਜ ਕਰਨਾ ਅੱਬ ਕਰਲਾ ਕਰਨਾ ਕਰ ਲਿਓ ਕਰਲਾ ਅੱਜੇ, ਗਫਲਤ ਵਿੱਚ ਬੀਤ ਗਿਆ ਮੁੜ ਕੇ ਹੱਥ ਨਹੀਂ ਆਉਣਾ ਵੇਲਾ, ਹੈ ਆਉਣ ਜਾਣ ਬਣਿਆ ਦੁਨੀਆਂ 64 ਦਿਨਾਂ ਦਾ ਮੇਲਾ, ਪਿਆ ਕੁੰਬਰਾ ਪਾਉਂਦਾ ਸੀ ਪਿਆ ਕੁੰਬਰਾ ਪਾਉਂਦਾ ਸੀ ਉੱਚਾ ਤਾਣ ਤਾਣ ਕੇ ਸੀਨਾ, ਉੱਤੇ ਬੈਠ ਬਨੇਰੇ ਨੇ ਗੁਟਕੂ ਕਹੇ ਕਬੂਤਰ ਚੀਨਾ, ਬਾਸ ਚਮਾਂ ਮਾਰੀ ਪਾਸੋ ਪੋਟੇ ਪਿਆ ਗੁਲੇਲਾ, ਹੈ ਆਉਣ ਜਾਣ ਬਣਿਆ ਦੁਨੀਆਂ 64 ਦਿਨਾਂ ਦਾ ਮੇਲਾ, ਡੂੰਘੀਆਂ ਕਬਰਾਂ ਦੇ ਲੈ ਗਈ ਮੌਤ ਪਗੜ ਕੇ ਪੱਲਾ, ਕਰਨੈਲ ਕਵੀਸ਼ਰ ਨੂੰ ਛੱਡ ਗਿਆ ਕਿਉਂ ਰਣਜੀਤ ਇਕੱਲਾ, ਪੈਸੇ ਸੀ ਕਾਰੂ ਨੇ ਕੱਢੇ ਪਰ ਮੌਤ ਬਿਗਲ ਵੱਜਿਆ, 40 ਪਰੇ ਖਜ਼ਾਨੇ ਛੱਡੇ ਖਾਲੀ ਹੱਥ ਗਿਆ ਨਾਲ ਲਿਜਾ ਨਾ ਸਕਿਆ ਧੇਲਾ, ਹੈ ਆਉਣ ਜਾਣ ਬਣਿਆ ਦੁਨੀਆਂ 64 ਦਿਨਾਂ ਦਾ ਮੇਲਾ। ਬਹੁਤ ਬਹੁਤ ਮਿਹਰਬਾਨੀ, ਸੋ ਧੰਨਵਾਦ ਤੁਹਾਡਾ ਸਾਰਿਆਂ ਦਾ, ਤੁਸੀਂ ਇੰਨੇ ਪੇਸ਼ੈਂਸ ਨਾਲ।